ਜੋ ਭੀੜ ਸੀ ਉਹ ਨਾਅਰੇ ਲਗਾ ਰਹੀ ਸੀ, ਮਾਰੋ ਸਰਦਾਰ ਗਦਾਰੋਂ ਕੋ, ਇੰਦਰਾ ਕੇ ਹਥਿਆਰੋਂ ਕੋ, ਇੱਦਾਂ ਦੀ ਭੀੜ ਕਿ ਸਰਦਾਰ ਗਦਾਰ ਹੈ, ਹਮ ਇਨਕੋ ਮਾਰੇਂਗੇ। ਇਹ ਜਿਹੜੀ ਤਸਵੀਰ ਹੈ ਇਹ ਅੱਜ ਵੀ ਆਪਣੇ ਆਪ ਦੇ ਵਿੱਚ ਉਸ ਦਰਦਨਾਕ ਸਾਕੇ ਨੂੰ ਸਮੋਈ ਬੈਠੀ ਹੈ ਜੋ 2 ਨਵੰਬਰ 1984 ਨੂੰ ਇੱਕ ਬੇਦੋਸ਼ੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਜਾਲ ਦਿੱਤਾ ਗਿਆ ਸੀ, ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਦੇ ਸਿਵੇ ਬਣਾ ਦਿੱਤੇ ਗਏ ਸੀ। ਗੁੜਗਾਉਂ ਦੇ ਰਵਾੜੀ ਜ਼ਿਲ੍ਹੇ ਦੇ ਵਿੱਚ ਹੈ, ਹਰਿਆਣੇ ਦੇ, ਜਿਹਦੇ ਵਿੱਚ 1.5 ਸਾਲ ਦੇ ਬੱਚੇ ਨੂੰ ਕੰਧ ਦੇ ਨਾਲ ਪਟਕਾ ਪਟਕਾ ਕੇ ਸ਼ਹੀਦ ਕੀਤਾ ਸੀ। ਮਨਵਿੰਦਰ ਜੀ, ਤੁਸੀਂ ਸਭ ਤੋਂ ਪਹਿਲਾਂ ਇਹ ਮਾਮਲਾ ਉਜਾਗਰ ਕੀਤਾ ਸੀ, ਤੁਹਾਨੂੰ ਕਿੱਥੋਂ ਕਲੂ ਮਿਲਿਆ ਕਿ ਇਸ ਥਾਂ ਦੇ ਉੱਤੇ ਕੁਛ ਗਲਤ ਹੋਇਆ? ਉੱਥੇ ਅੱਜ ਵੀ ਇੱਕ ਖੂਹ ਹੈ ਜਿੱਥੇ ਕਿ ਸਾਰੇ ਦੇ ਸਾਰੇ ਸਿੱਖਾਂ ਨੂੰ ਮਾਰ ਕੇ ਅੱਧ ਮਰੇ ਕਰਕੇ ਸਾਰਿਆਂ ਨੂੰ ਮਿੱਟੀ ਦਾ ਤੇਲ ਪਾ ਕੇ ਔਰ ਉਸ ਖੂਹ ਦੇ ਵਿੱਚ ਅੱਧ ਸੜਿਆਂ ਨੂੰ ਸੁੱਟ ਦਿੱਤਾ ਗਿਆ ਸੀ। ਇੰਨਾ ਕੁਛ ਹੋਇਆ ਮਨਵਿੰਦਰ ਜੀ, ਮਤਲਬ ਉਸ ਤੋਂ ਬਾਅਦ ਪੁਲਿਸ ਵਾਲੇ ਫਿਰ ਚੁੱਪ ਬੈਠੇ ਰਹੇ ਉੱਥੇ? ਪ੍ਰਧਾਨ ਮੰਤਰੀ ਦੇ ਸੋਗ ਵਜੋਂ ਲੋਕ ਦੁਖੀ ਹੋ ਕੇ ਇਹ ਕਤਲ ਕਰ ਰਹੇ ਸੀ, ਇਹ ਕੁਛ ਨਹੀਂ ਸੀ, ਇਹ ਸਰਕਾਰ ਦੀ ਔਰ ਉਦੋਂ ਦਾ ਜੋ ਪ੍ਰਸ਼ਾਸਨ ਸੀ ਉਹਦੀ ਮਿਲੀ ਭੁਗਤ ਦੇ ਨਾਲ, ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖਾਂ ਨੂੰ ਇੱਕ ਸਬਕ ਸਿਖਾਉਣ ਵਾਲੀ ਗੱਲ ਸੀ, ਸਿੱਖਾਂ ਨੂੰ ਇੱਕ ਸਬਕ ਸਿਖਾਉਣ ਵਾਲੀ ਗੱਲ ਸੀ। ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ 34 ਸਾਲ ਹੋਣ ਵਾਲੇ ਨੇ, ਕੋਈ ਸਿੱਖਾਂ ਨੂੰ ਇਨਸਾਫ ਮਿਲੇਗਾ? ਇਸ ਮਾਮਲੇ ਦੇ ਵਿੱਚ 34 ਸਾਲ ਹੋਣ ਵਾਲੇ ਨੇ, ਕੋਈ ਸਿੱਖਾਂ ਨੂੰ ਇਨਸਾਫ ਮਿਲੇਗਾ? ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਦੇਖਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਹ ਫੋਟੋ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਕਾਫੀ ਕੁਛ ਯਾਦ ਆ ਗਿਆ ਹੋਣਾ। ਇਹ ਫੋਟੋ ਜਿਹੜੀ ਹੈ ਉਹ ਕਾਫੀ ਕੁਛ ਆਪਣੇ ਆਪ ਦੇ ਵਿੱਚ ਸਮੋਈ ਬੈਠੀ ਹੈ। 34 ਸਾਲ ਪੁਰਾਣੀ ਜਿਹੜੀ ਇਸ ਇਮਾਰਤ ਜਿਹੜੀ ਇਸ ਫੋਟੋ ਦੇ ਵਿੱਚ ਦਿਖ ਰਹੀ ਹੈ, ਆਪਣੇ ਆਪ ਦੇ ਵਿੱਚ ਕਈ ਕਹਾਣੀਆਂ, ਕਈ ਸਾਜ਼ਿਸ਼ਾਂ ਇੱਕ ਖਾਸ ਕੌਮ ਯਾਨੀ ਕਿ ਸਿੱਖ ਕੌਮ ਦੇ ਖਿਲਾਫ ਜਿਹੜੀਆਂ ਹੋਈਆਂ ਨੇ ਉਸ ਨੂੰ ਇਹ ਸਮੋਈ ਬੈਠੀ ਹੈ। ਸਾਡੇ ਨਾਲ ਇਹ ਜਿਹੜੀ ਤਸਵੀਰ ਹੈ ਅਤੇ ਇਸ ਮਸਲੇ ਨੂੰ ਉਜਾਗਰ ਕਰਨ ਵਾਲੇ ਜਿਹੜਾ ਹੋਂਦ ਚਿੱਲੜ, ਜ਼ਿਲ੍ਹਾ ਰਿਵਾੜੀ ਹਰਿਆਣਾ ਦੇ ਵਿੱਚ ਵੀ, ਖਾਲੀ ਦਿੱਲੀ ਨਹੀਂ, ਬਹੁਤ ਸਾਰੀਆਂ ਥਾਵਾਂ 'ਤੇ ਮੁਲਕ ਦੇ ਵੱਖ ਵੱਖ ਥਾਵਾਂ ਦੇ ਉੱਤੇ ਸਿੱਖਾਂ ਨੂੰ ਜਿਹੜਾ ਸ਼ਿਕਾਰ ਬਣਾਇਆ ਗਿਆ ਸੀ, ਮੌਤ ਦਾ ਸ਼ਿਕਾਰ ਬਣਾਇਆ ਗਿਆ ਸੀ, ਉਹਨਾਂ ਦੇ ਸ਼ਿਕਾਰ ਤੱਕ ਖੇਡੇ ਗਏ ਸੀ। ਸਾਡੇ ਨਾਲ ਅੱਜ ਮਨਵਿੰਦਰ ਸਿੰਘ ਨੇ, ਜਿਨ੍ਹਾਂ ਨੇ ਇਸ ਮਸਲੇ ਨੂੰ ਜਿਹੜਾ ਹੋਂਦ ਚਿੱਲੜ ਦੇ ਮਸਲੇ ਨੂੰ ਉਜਾਗਰ ਕੀਤਾ ਸੀ, ਦੁਨੀਆ ਦੇ ਸਾਹਮਣੇ ਲੈ ਕੇ ਆਉਂਦਾ ਸੀ ਕਿ ਖਾਲੀ ਦਿੱਲੀ ਦੇ ਵਿੱਚ ਹੀ ਨਹੀਂ ਸਗੋਂ ਹਰਿਆਣਾ ਦੇ ਜਿਹੜਾ ਗੁੜਗਾਉਂ ਹੈ, ਰਿਵਾੜੀ ਹੈ, ਉੱਥੇ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ। ਮਨਵਿੰਦਰ ਜੀ, 34 ਸਾਲ ਹੋ ਚੁੱਕੇ ਨੇ ਅਤੇ ਉਸ ਤੋਂ ਬਾਅਦ ਆਹ ਜਿਹੜੀ ਤਸਵੀਰ ਹੈ, ਕੀ ਕਹੋਗੇ ਇਸ ਬਾਰੇ? 34 ਸਾਲ ਬੀਤਣ ਤੋਂ ਬਾਅਦ ਵੀ ਇਹ ਜਿਹੜੀ ਤਸਵੀਰ ਹੈ ਇਹ ਅੱਜ ਵੀ ਆਪਣੇ ਆਪ ਦੇ ਵਿੱਚ ਉਸ ਦਰਦਨਾਕ ਸਾਕੇ ਨੂੰ ਸਮੋਈ ਬੈਠੀ ਹੈ ਜੋ 2 ਨਵੰਬਰ 1984 ਨੂੰ ਇੱਕ ਬੇਦੋਸ਼ੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਜਾਲ ਦਿੱਤਾ ਗਿਆ ਸੀ, ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਦੇ ਸਿਵੇ ਬਣਾ ਦਿੱਤੇ ਗਏ ਸੀ। ਇੱਕ ਪਿੰਡ ਆ ਇਹ ਹੋਂਦ ਚਿੱਲੜ ਦਾ, ਜਿਹੜਾ ਕਿ ਗੁੜਗਾਉਂ ਦੇ ਰਵਾੜੀ ਜ਼ਿਲ੍ਹੇ ਦੇ ਵਿੱਚ ਹੈ, ਹਰਿਆਣੇ ਦੇ, ਜਿਹਦੇ ਵਿੱਚ 1.5 ਸਾਲ ਦੇ ਬੱਚੇ ਨੂੰ ਕੰਧ ਦੇ ਨਾਲ ਪਟਕਾ ਪਟਕਾ ਕੇ ਸ਼ਹੀਦ ਕੀਤਾ ਸੀ ਔਰ 70 ਸਾਲ ਦੇ ਬਜ਼ੁਰਗ ਨੂੰ ਜਿਉਂਦਾ ਪਾਊਡਰ ਛਿੜਕ ਕੇ ਮਾਰ ਦਿੱਤਾ ਗਿਆ ਸੀ। ਟੋਟਲ 32 ਲੋਕਾਂ ਦਾ ਕਤਲੇਆਮ ਉਸ ਪਿੰਡ ਦੇ ਵਿੱਚ ਹੋਇਆ ਸੀ ਔਰ ਇਹ ਜੋ ਘਟਨਾ ਹੈ ਇਸ ਦੇ ਉੱਤੇ ਵੀ ਅੱਜ ਅਗਰ ਦੇਖੀਏ ਤਾਂ ਅੱਜ ਤੱਕ ਉਹ ਜਿਹੜੀਆਂ ਹਵੇਲੀਆਂ ਨੇ ਉਹ 34 ਸਾਲਾਂ ਬਾਅਦ ਵੀ ਉਵੇਂ ਦੀਆਂ ਉਵੇਂ ਖੜੀਆਂ ਨੇ। ਚਾਹੇ ਕਿੰਨੀਆਂ ਸਰਕਾਰਾਂ ਬਦਲ ਗਈਆਂ, ਕਿਸੇ ਨੇ ਵੀ ਉਹਨਾਂ ਹਵੇਲੀਆਂ ਨੂੰ, ਉਹਨਾਂ ਘਰਾਂ ਨੂੰ, ਉਹਨਾਂ ਪਰਿਵਾਰਾਂ ਨੂੰ ਉੱਥੇ ਵਸਾਉਣ ਲਈ ਕੋਈ ਵੀ ਤਰੱਦਦ ਨਹੀਂ ਕੀਤਾ। ਚਾਹੇ ਉਹ ਅਕਾਲੀ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਭਾਜਪਾ ਹੀ ਹੋਣ, ਚਾਹੇ ਕੋਈ ਵੀ ਹੋਣ, ਕੋਈ ਵੀ ਸਾਡੇ ਦਰਦ ਨੂੰ ਅੱਜ ਸਮਝਣ ਲਈ ਤਿਆਰ ਨਹੀਂ। ਸੋ ਉਹ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇਸ ਮਾਮਲੇ ਦੇ ਉੱਤੇ, ਇੰਨੇ ਗੰਭੀਰ ਮਾਮਲੇ ਦੇ ਉੱਤੇ ਵੀ ਹੁਣ ਤੱਕ ਹੈ ਜਿਹੜੀ ਉਹ ਸਿਰਫ ਸਿਰਫ ਸਿਆਸਤ ਹੀ ਹੁੰਦੀ ਆਈ ਹੈ? ਬਿਲਕੁਲ ਜੀ, ਅੱਜ ਤੱਕ ਜਿਹੜੀਆਂ ਸਾਡੀਆਂ ਲਾਸ਼ਾਂ ਨੇ, ਲਾਸ਼ਾਂ 'ਤੇ ਹਮੇਸ਼ਾ ਹੀ ਸਿਆਸਤ ਹੁੰਦੀ ਆਈ ਹੈ। ਕਦੇ ਵੀ ਜਿਹੜਾ ਸਿਆਸਤਦਾਨ ਹੈ, ਜਿਹੜੇ ਸਾਡੇ ਵਰਗੇ ਮੁਰਦੇ ਹੁੰਦੇ ਆ, ਇਹਨਾਂ ਨੂੰ ਜਲਾਉਂਦਾ ਨਹੀਂ ਹੈ, ਜਲਾ ਕੇ ਖਤਮ ਨਹੀਂ ਕਰਦਾ, ਉਹ ਇਹਨਾਂ ਨੂੰ ਹਮੇਸ਼ਾ ਦਫਨਾਉਂਦਾ ਹੈ ਤਾਂ ਕਿ ਜਦੋਂ ਉਹਨੂੰ ਜ਼ਰੂਰਤ ਹੋਵੇ ਉਸ ਨੂੰ ਮਿੱਟੀ ਦੇ ਵਿੱਚੋਂ ਕੱਢ ਲਿਆ ਜਾਵੇ ਅਤੇ ਆਪਣੀਆਂ ਵੋਟਾਂ ਬਟੋਰ ਕੇ
ਲੋਕਾਂ ਨੂੰ ਅੰਗੂਠਾ ਦਿਖਾ ਕੇ ਪਰੇ ਹੋ ਜਾਇਆ ਜਾਵੇ। ਮਨਵਿੰਦਰ ਜੀ, ਤੁਸੀਂ ਸਭ ਤੋਂ ਪਹਿਲਾਂ ਇਹ ਮਾਮਲਾ ਉਜਾਗਰ ਕੀਤਾ ਸੀ, ਤੁਹਾਨੂੰ ਕਿੱਥੋਂ ਕਲੂ ਮਿਲਿਆ ਕਿ ਇਸ ਥਾਂ ਦੇ ਉੱਤੇ ਕੁਛ ਗਲਤ ਹੋਇਆ? ਮੈਂ ਲੁਧਿਆਣੇ ਤੋਂ ਗੁੜਗਾਓਂ ਦੀ ਇੱਕ ਮਲਟੀਨੈਸ਼ਨਲ ਕੰਪਨੀ V&S ਦੇ ਵਿੱਚ ਬਤੌਰ GM ਕੰਮ ਕਰਦਾ ਸੀ। 21 ਜਨਵਰੀ 2011 ਦੀ ਗੱਲ ਹੈ ਕਿ ਮੈਂ ਆਪਣੇ ਦਫ਼ਤਰ ਦੇ ਵਿੱਚ ਬੈਠਾ ਸੀ, ਇੱਕ ਨੌਜਵਾਨ ਮੇਰੇ ਦਫ਼ਤਰ ਦੇ ਵਿੱਚ ਆਇਆ ਅਤੇ ਮੈਂ ਉਸਨੂੰ ਸਹਿ ਸਵਾਏ ਕਹਿ ਦਿੱਤਾ ਕਿ ਤੂੰ ਕਿੱਧਰ ਮੂੰਹ ਚੱਕਿਆ, ਅਤੇ ਉਸਨੂੰ ਇਸ ਗੱਲ ਦਾ ਗੁੱਸਾ ਲੱਗਿਆ ਤਾਂ ਉਸਨੇ ਮੈਨੂੰ ਹਿੰਦੀ ਦੇ ਵਿੱਚ ਕਹਿਣ ਲੱਗਾ ਕਿ ਜਹਾਂ ਇਸੀ ਦਫ਼ਤਰੋਂ ਮੈਂ ਬੈਠ ਕੇ ਹੀ ਬਾਤੇਂ ਬਣਾ ਸਕਤੇ ਹੋ। ਮੈਂ ਕਿਹਾ ਤੂੰ ਕਿੱਥੇ ਗੱਲ ਕਰਾਉਣੀ ਹੈ, ਮੈਨੂੰ ਦੱਸ। ਉਹ ਕਹਿੰਦਾ, ਜਬਿੰਦਰਾ ਕੁਮਾਰਾ ਹਮਾਰੇ ਗਾਓਂ ਕੇ ਸਭੀ ਸਰਦਾਰੋਂ ਕੋ ਜਿੰਦਾ ਜਲਾ ਦਿਆ, ਉਨਕਾ ਅੰਤਿਮ ਕਿਰਿਆ ਕਰਮ ਤੱਕ ਨਹੀਂ ਹੁਆ, ਉਨਕੀ ਲਾਸ਼ੇ ਵਹੀਂ ਪੇ ਕੂਏ ਮੇਂ ਫੇਂਕ ਦੀ ਗਈ, ਇਤਨੇ ਸਾਲ ਹੋ ਗਏ ਸਰਦਾਰੋਂ ਨੇ ਵਹਾਂ ਜਾ ਕੇ ਪਾਉਂ ਤੱਕ ਤੋਂ ਡਾਲਾ ਨਹੀਂ, ਆਪ ਬਾਤੇਂ ਕਰਤੀ ਹੋ ਬੜੀ ਬੜੀ। ਇਹ ਜੋ ਗੱਲ ਸੀ ਇਹ ਮੈਨੂੰ ਮੇਰੇ ਦਿਲ ਨੂੰ ਲੱਗੀ। ਮੈਂ 84 ਦੇ ਵਿੱਚ ਮੇਰੀ ਤਕਰੀਬਨ 9 ਸਾਲ ਦੀ ਉਮਰ ਸੀ, ਮੈਨੂੰ ਇੰਨਾ ਨਹੀਂ ਸੀ ਪਤਾ ਕਿ ਦਿੱਲੀ ਤੋਂ ਇਲਾਵਾ ਹੋਰ ਵੀ ਕਿਤੇ ਕੁਛ ਹੋਇਆ ਹੋਏਗਾ। ਪਰ ਉਹਦੀ ਇਸ ਗੱਲ ਨੇ, ਮੈਂ ਅਗਲੇ ਦਿਨ ਹੀ 22 ਜਨਵਰੀ 2011 ਨੂੰ ਜਦੋਂ ਉਸ ਪਿੰਡ ਦੇ ਵਿੱਚ ਗਿਆ ਔਰ ਉਸ ਪਿੰਡ ਦੀਆਂ ਟੁੱਟੀਆਂ ਹੋਈਆਂ ਹਵੇਲੀਆਂ, ਉਸ ਪਿੰਡ ਦਾ ਜਿਹੜਾ ਉਜੜਿਆ ਹੋਇਆ ਗੁਰਦੁਆਰਾ, ਉਸ ਗੁਰਦੁਆਰੇ ਦੇ ਵਿੱਚ ਅੱਜ ਵੀ ਲਿਖਿਆ ਹੋਇਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਸਾਬ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਗੁਰਦੁਆਰਾ, ਕਿਸ ਤਰੀਕੇ ਦੇ ਨਾਲ ਜਨੂਨੀਆਂ ਨੇ ਜਲਾ ਦਿੱਤਾ ਸੀ। ਉੱਥੇ ਅੱਜ ਵੀ ਇੱਕ ਖੂਹ ਹੈ ਜਿੱਥੇ ਕਿ ਸਾਰੇ ਦੇ ਸਾਰੇ ਸਿੱਖਾਂ ਨੂੰ ਮਾਰ ਕੇ ਅੱਧ ਮਰੇ ਕਰਕੇ ਸਾਰਿਆਂ ਨੂੰ ਮਿੱਟੀ ਦਾ ਤੇਲ ਪਾ ਕੇ ਔਰ ਉਸ ਖੂਹ ਦੇ ਵਿੱਚ ਅੱਧ ਸੜਿਆਂ ਨੂੰ ਸੁੱਟ ਦਿੱਤਾ ਗਿਆ ਸੀ। ਉਸ ਪਿੰਡ ਦੇ ਵਿੱਚ ਅੱਜ ਵੀ ਹਵੇਲੀਆਂ ਨੇ ਜਿੱਥੇ ਤੁਹਾਨੂੰ ਛੋਟੇ ਛੋਟੇ ਬੱਚਿਆਂ ਦੇ ਵਾਲ ਚਿਪਕੇ ਮਿਲਣਗੇ, ਉਸ ਹਵੇਲੀਆਂ ਦੇ ਵਿੱਚ ਅੱਜ ਵੀ ਤੁਹਾਨੂੰ ਬਜ਼ੁਰਗਾਂ ਦਾ ਖੂਨ ਮਿਲੇਗਾ, ਉਸ ਹਵੇਲੀਆਂ ਦੇ ਵਿੱਚ ਅੱਜ ਵੀ ਕਣਕ ਜਿਹੜੀ ਹੈ 34 ਸਾਲ ਪੁਰਾਣੀ ਜਲੀ ਹੋਈ ਮਿਲੇਗੀ। ਔਰ ਬੜਾ ਜੋ ਦਰਦਨਾਕ ਸੀਨ ਸੀ ਇਹ ਜਦੋਂ ਸਾਹਮਣੇ ਆਉਂਦਾ, ਅਤੇ ਜਿਹੜੇ ਸਾਡੇ ਪੱਤਰਕਾਰ ਵੀਰ ਨੇ, ਸਾਡੇ ਮੀਡੀਆ ਦੇ ਵੀਰ ਨੇ, ਮੈਂ ਸਮਝਦਾ ਕਿ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜਿਹਦੇ ਨਾਲ ਕਿ ਪੂਰੀ ਸਿੱਖ ਕੌਮ ਨੂੰ, ਪੂਰੀ ਦੁਨੀਆਂ ਨੂੰ ਇਸ ਦਰਦ ਬਾਰੇ ਪਤਾ ਲੱਗਿਆ ਜੀ। ਸੋ ਇੰਨਾ ਕੁਛ ਹੋਇਆ ਮਨਵਿੰਦਰ ਜੀ, ਮਤਲਬ ਉਸ ਤੋਂ ਬਾਅਦ ਪੁਲਿਸ ਵਾਲੇ ਫਿਰ ਚੁੱਪ ਬੈਠੇ ਰਹੇ ਉੱਥੇ? ਦੇਖੋ, ਇਹ ਕੁਛ ਜਦੋਂ ਇਹ ਚੀਜ਼ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਉਦੋਂ ਇੱਕ ਕਮਿਸ਼ਨ ਬਣਿਆ ਸੀ, ਜਸਟਿਸ TP ਗਰਗ ਕਮਿਸ਼ਨ। ਜਸਟਿਸ TP ਗਰਗ ਕਮਿਸ਼ਨ ਨੇ ਆਪਣੀ 6 ਸਾਲ ਲੰਬੀ ਪੜਤਾਲ ਦੇ ਵਿੱਚ ਇੱਕ ਗੱਲ ਸਾਹਮਣੇ ਲਿਆਂਦੀ, ਔਰ ਉਸ ਪੜਤਾਲ ਦੇ ਵਿੱਚ ਇੱਕ ਗੱਲ ਹੋਰ ਵੀ ਆਈ ਕਿ ਹੋਂਦ ਚਿੱਲੜ ਤੋਂ ਇਲਾਵਾ ਹੋਰ ਜਿਹੜੇ ਇਲਾਕੇ ਨੇ ਗੁੜਗਾਓਂ ਪਟੌਦੀ ਦੇ ਵਿੱਚ, ਉੱਥੇ ਵੀ ਕਤਲੇਆਮ ਮਚਾਇਆ ਗਿਆ ਸੀ। ਇਹ ਜੋ ਕਮਿਸ਼ਨ ਸੀ, ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜੀ ਕਿ ਪਿਛਲੇ ਸਾਲ ਖੱਟਰ ਸਾਹਿਬ ਨੂੰ ਦਿੱਤੀ ਹੈ, ਹਰਿਆਣੇ ਦੇ ਮੁੱਖ ਮੰਤਰੀ ਨੇ, ਉਹਦੇ ਵਿੱਚ ਉਹਨਾਂ ਪੀੜਤਾਂ ਦੇ ਲਈ 22 ਕਰੋੜ ਰੁਪਈਆ ਉਹਨੇ ਦੱਸਿਆ। ਇੱਕ ਤਾਂ ਮੁਆਵਜ਼ੇ ਦੀ ਗੱਲ ਕੀਤੀ ਆ, ਅਤੇ ਦੂਸਰੀ ਜਿਹੜੀ ਗੱਲ ਕੀਤੀ ਆ, ਉਹਨੇ 4 ਅਫਸਰਾਂ ਦੇ ਨਾਂ ਸਾਹਮਣੇ ਲਿਆਂਦੇ ਆ, ਜਿਹਦੇ ਵਿੱਚ ਉਦੋਂ ਦਾ SP ਸਤਿੰਦਰ ਕੁਮਾਰ, DSP ਰਾਮ ਭੱਜ, SI ਰਾਮ ਕਿਸ਼ੋਰ ਅਤੇ ਇਨਵੈਸਟੀਗੇਸ਼ਨ ਅਫਸਰ ਰਾਮ ਕੁਮਾਰ। ਇਹਨਾਂ ਚਾਰਾਂ ਦੇ ਜਿਹੜੇ ਨਾਮ ਨੇ ਉਸ ਸਾਡੇ ਮਾਨਯੋਗ ਜੱਜ ਸਾਹਿਬ ਨੇ ਲਏ ਨੇ ਕਿ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਐਡਾ ਵੱਡਾ ਕਤਲੇਆਮ ਹੋਇਆ। ਸੋ ਮਨਵਿੰਦਰ ਜੀ, ਇੱਕ ਹੋਰ ਚੀਜ਼ ਹੈਗੀ ਹੈ ਇਸ ਪੂਰੇ ਮਾਮਲੇ ਦੇ ਉੱਤੇ, ਤੁਹਾਨੂੰ ਅੱਜ ਦਿਖਾਉਂਦੇ ਹਾਂ ਮਨਵਿੰਦਰ ਸਿੰਘ ਇਸ ਤਰੀਕੇ ਨਾਲ, ਇਸ ਭਾਵੁਕਤਾ ਨਾਲ ਇਸ ਮੁੱਦੇ ਨੂੰ ਉਹ ਚੱਕਿਆ ਹੋਇਆ ਇਹਨਾਂ ਨੇ। ਤੁਹਾਡੇ ਕੋਲ ਕਣਕ ਵੀ ਹੈ, ਤੁਸੀਂ ਕਣਕ ਵੀ ਦਿਖਾਈ ਸੀ ਮੈਨੂੰ, ਦਿਖਾਓ ਜ਼ਰਾ ਕਣਕ। ਹਾਂ ਬਿਲਕੁਲ, ਮੇਰੇ ਕੋਲ ਉਦੋਂ ਦੀ 84 ਦੀ ਜਿਹੜੀ ਕਣਕ ਹੈ, ਮੈਂ ਹਮੇਸ਼ਾ ਆਪਣੇ ਕੋਲ ਰੱਖਦਾ ਤਾਂ ਕਿ ਮੈਨੂੰ ਯਾਦ ਰਹੇ ਕਿ ਸਾਡੇ ਨਾਲ ਕੀ ਬੀਤਿਆ ਸੀ। ਇਹ ਜਿਹੜੀ ਕਣਕ ਹੈ ਇਹ ਅੱਜ ਵੀ ਜਿਹੜੀ 84 ਦੀ 34 ਸਾਲ ਪੁਰਾਣੀ ਜਿਹੜੀ ਕਣਕ ਹੈ ਇਹ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ, ਕਿਉਂਕਿ ਕਣਕ ਉਸ ਟਾਈਮ ਜਲ ਗਈ ਸੀ ਉਹਨਾਂ ਦੇ ਘਰਾਂ ਦੇ ਵਿੱਚ ਪਈ ਔਰ ਉਹ ਜਲੀ ਹੋਈ ਕਣਕ ਉਹ ਦੁਬਾਰਾ ਉੱਗ ਨਹੀਂ ਪਾਈ, ਔਰ ਉਹ ਇਹ 34 ਸਾਲ ਪੁਰਾਣੀ ਜਿਹੜੀ ਸ਼ਹੀਦਾਂ ਦੇ ਘਰਾਂ ਦੇ ਵਿੱਚੋਂ ਮੈਂ ਇਹ ਕਣਕ ਇਕੱਠੀ ਕਰੀ ਹੈ, ਇਹ ਅੱਜ ਵੀ ਸਾਨੂੰ ਉਸ ਸਾਕੇ ਨੂੰ, ਯਾਦ ਨੂੰ ਜਿਹੜੀ ਹੈ ਤਾਜ਼ਾ ਕਰਦੀ ਹੈ। ਸੋ ਜਿਹੜੀ ਇਹ ਕਣਕ ਹੈ ਇਹ ਜਿਸ ਕਾਗਜ਼ ਦੇ ਉੱਤੇ ਰੱਖੀ ਗਈ ਹੈ ਆਪਣੇ ਆਪ ਉਹ ਵੀ ਇੱਕ ਬਹੁਤ ਵੱਡੀ ਤਰਾਸ਼ ਦੀ ਜਿਹੜੀ ਉਹ ਸ਼ੋਅ ਕਰ ਰਿਹਾ ਹੈ, ਦਿਖਾ ਰਿਹਾ। ਇਸ ਕਣਕ ਨੂੰ ਮਨਵਿੰਦਰ ਜੀ ਨੇ ਜਿਹੜਾ ਰੱਖਿਆ ਉਹ FIR ਦੇ ਉੱਤੇ ਰੱਖਿਆ, FIR ਦੇ ਵਿੱਚ ਕੀ ਲਿਖਿਆ ਹੋਇਆ ਸੀ ਮਨਵਿੰਦਰ ਜੀ? ਦੇਖੋ, ਜਿਹੜੀ ਇਹ FIR ਹੈ, ਇੱਕ ਤਾਂ ਜਿਹੜੀ ਉਦੋਂ ਦੇ ਅਫਸਰ ਸੀ ਉਹਨਾਂ ਨੇ FIR ਨੂੰ 12 ਘੰਟਿਆਂ ਦੇ ਬਾਅਦ ਇਹ ਲਿਖਿਆ, ਔਰ ਇਸ FIR ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਜੋ ਭੀੜ ਸੀ ਉਹ ਨਾਅਰੇ ਲਗਾ ਰਹੀ ਸੀ, ਮਾਰੋ ਸਰਦਾਰ ਗਦਾਰੋਂ ਕੋ, ਇੰਦਰਾ ਕੇ ਹਥਿਆਰੋਂ ਕੋ, ਇੱਦਾਂ ਦੀ ਭੀੜ ਕਿ ਸਰਦਾਰ ਗਦਾਰ ਹੈ ਹਮ ਇਨਕੋ ਮਾਰੇਂਗੇ। ਦੂਸਰਾ, ਜਿਹੜੇ ਉਹ ਲੋਕ ਸੀ ਉਹ 1947 ਤੋਂ ਮੀਆਂਵਾਲੀ ਤੋਂ ਉੱਜੜ ਕੇ ਉੱਥੇ ਵਸੇ ਸੀ, ਉਹਨਾਂ ਲੋਕਾਂ ਦੇ ਉਸ ਟਾਈਮ ਉਦੋਂ ਸਰਪੰਚ ਉਹਨਾਂ ਦਾ ਹੀ ਬਣਦਾ ਸੀ ਹਮੇਸ਼ਾ,
ਔਰ ਜਦੋਂ ਐੱਫ ਆਈ ਆਰ ਲਿਖੀ ਗਈ ਉਹਦੇ ਵਿੱਚ 17-18 ਲੋਕਾਂ ਦੇ ਦੱਸੇ ਗਏ ਕਿ 17-18 ਅਣਪਛਾਤੇ ਲੋਕ ਔਰ ਅਣਪਛਾਤੇ ਮਾਰਨ ਵਾਲੇ। ਦੇਖੋ ਕਿੰਨੀ ਤਰਾਸਦੀ ਹੈ ਕਿ ਮਾਰਨ ਵਾਲੇ ਵੀ ਅਣਪਛਾਤੇ, ਮਰਨ ਵਾਲੇ ਵੀ ਅਣਪਛਾਤੇ, ਜਦੋਂ ਕਿ ਹਰ ਬੰਦੇ ਦਾ ਰਾਸ਼ਨ ਕਾਰਡ, ਹਰ ਬੰਦੇ ਦਾ ਆਧਾਰ ਕਾਰਡ ਅਸੀਂ ਸਾਹਮਣੇ ਲਿਆਂਦਾ ਅਤੇ 17 ਲਾਸ਼ਾਂ ਨਹੀਂ, ਉੱਥੋਂ ਅਸੀਂ 32 ਲਾਸ਼ਾਂ ਨੂੰ ਸਾਹਮਣੇ ਲਿਆ ਕੇ ਜੱਜ ਸਾਹਿਬ ਦੇ ਸਾਹਮਣੇ ਰੱਖਿਆ। ਸੋ ਮਨਿੰਦਰ ਜੀ, ਇੱਕ ਹੋਰ ਚੀਜ਼ ਜਿਹੜੀ, ਚਾਹੇ ਪੰਜਾਬ ਦੇ ਵਿੱਚ 1984 ਦਾ ਕਾਲਾ ਦੌਰ ਹੋਵੇ ਜਾਂ ਫਿਰ ਹਰਿਆਣੇ ਦੇ ਵਿੱਚ ਜਿਹੜਾ ਹੋਣ ਚਿੱਲੜ, ਰਵਾੜੀ ਜਾਂ ਗੁੜਗਾਉਂ ਦਾ ਮਾਮਲਾ ਹੋਵੇ, ਜਿਹੜੇ ਵੀ ਪੁਲਿਸ ਇੰਸਪੈਕਟਰ ਸੀ, ਜਿਹੜੇ ਵੀ ਤਤਕਾਲੀਨ ਅਫਸਰ ਸੀ, ਉਹਨਾਂ ਨੂੰ ਤਰੱਕੀਆਂ ਕਿਉਂ ਦਿੱਤੀਆਂ ਗਈਆਂ? ਤੁਹਾਨੂੰ ਕੀ ਲੱਗਦਾ ਕਿ ਤਰੱਕੀਆਂ ਇੱਥੇ ਵੀ ਦਿੱਤੀਆਂ ਗਈਆਂ, ਉੱਥੇ ਵੀ ਦਿੱਤੀਆਂ ਗਈਆਂ? ਬਿਲਕੁਲ, ਦੇਖੋ ਜੀ, ਜਿਹੜੇ ਚਾਰੋਂ ਅਫਸਰ ਸੀ ਇਹਨਾਂ ਨੂੰ ਉਦੋਂ ਦਾ ਭਜਨ ਲਾਲ ਦੀ ਸਰਕਾਰ ਸੀ, ਭਜਨ ਲਾਲ ਦੀ ਸਰਕਾਰ ਨੇ ਜਿਹੜਾ ਸਤਿੰਦਰ ਕੁਮਾਰ ਸੀ ਇਹਨੂੰ DGP ਹੋਮਗਾਰਡ ਤੱਕ ਬਣਾਇਆ, ਔਰ ਜਿਹੜਾ ਕਿ DSP ਸੀ ਉਹਨੂੰ SP ਤੱਕ ਦੀਆਂ ਉਪਾਧੀਆਂ ਦਿੱਤੀਆਂ। ਇਹ ਉਪਾਧੀਆਂ ਦੇਣ ਦਾ ਮਕਸਦ ਇਹ ਸੀ ਕਿ ਜੋ ਕਤਲੇਆਮ ਸੀ ਇਹ ਆਮ ਲੋਕਾਂ ਨੇ ਨਹੀਂ ਕਰਿਆ, ਜਿਵੇਂ ਕਿ ਆਮ ਕਹਿੰਦੇ ਕਿ ਜੀ ਲੋਕ ਉਸ ਇੱਕ ਪ੍ਰਧਾਨ ਮੰਤਰੀ ਦੇ ਸੋਗ ਵਜੋਂ ਲੋਕ ਦੁਖੀ ਹੋ ਕੇ ਇਹ ਕਤਲ ਕਰ ਰਹੇ ਸੀ, ਇਹ ਕੁਛ ਨਹੀਂ ਸੀ। ਇਹ ਸਰਕਾਰ ਦੀ ਔਰ ਉਦੋਂ ਦਾ ਜੋ ਪ੍ਰਸ਼ਾਸਨ ਸੀ ਉਹਦੀ ਮਿਲੀ ਭੁਗਤ ਦੇ ਨਾਲ, ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖਾਂ ਨੂੰ ਇੱਕ ਸਬਕ ਸਿਖਾਉਣ ਵਾਲੀ ਗੱਲ ਸੀ। ਔਰ ਉਹ ਜਿਹੜੇ ਕਾਤਲ ਸੀ ਉਹ ਧੀਆਂ ਭੈਣਾਂ ਦਾ ਬਲਾਤਕਾਰ ਕਰਦੇ ਸੀ, ਕਦੇ ਵੀ ਜਿਹੜਾ ਦਿਲੋਂ ਸੋਗੀ ਹੁੰਦਾ ਉਹ ਕਿਸੇ ਮਾਂ ਭੈਣ ਧੀ ਦਾ ਬਲਾਤਕਾਰ ਦਾ ਉਹਨੂੰ ਸੁੱਝਦਾ ਨਹੀਂ ਹੈ, ਪਰ ਉਹ ਜਿਹੜੇ ਲੋਕ ਸੀ ਉਹ ਸ਼ਰੇਆਮ ਨਾਰੇ ਲਗਾ ਰਹੇ ਸੀ, ਸ਼ਰੇਆਮ ਉਹ ਗਾਲਾਂ ਕੱਢ ਰਹੇ ਸੀ, ਔਰ ਉਹ ਸ਼ਰੇਆਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਰਹੇ ਸੀ, ਔਰ ਇੱਦਾਂ ਦੇ ਲੋਕ, ਇਹ ਲੋਕ ਜਿਹੜੇ ਸੀ ਸਾਰੇ ਹੀ, ਇਹ ਗੱਲ ਹੋਰ ਸਾਹਮਣੇ ਆਈ ਹੈ, ਇਹ ਸਾਰੇ ਹੀ ਲੋਕ 5 ਰੋਡਵੇਜ਼ ਦੀਆਂ, ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਭਰ ਕੇ ਆਏ ਸੀ। ਔਰ ਇੱਥੋਂ ਤੱਕ ਵੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਉਹ ਮਾਰਨ ਵਾਲੇ ਸੀ, ਕਿ ਜਿਹੜੇ ਰੰਗਰੂਟ ਪੁਲਿਸ ਵਾਲੇ ਉਦੋਂ ਰੱਖੇ ਸੀ, ਉਹਨਾਂ ਦੀ ਸ਼ਮੂਲੀਅਤ ਇਹਨਾਂ ਮਾਰਨ ਵਾਲਿਆਂ ਦੇ ਵਿੱਚ ਬਹੁਤੀ ਸੀ। ਸੋ ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ 34 ਸਾਲ ਹੋਣ ਵਾਲੇ ਨੇ, ਕੋਈ ਸਿੱਖਾਂ ਨੂੰ ਇਨਸਾਫ ਮਿਲੇਗਾ? ਕੋਈ ਅਜਿਹਾ ਜਿਹੜਾ ਹੁਣ ਤੱਕ ਜਿਹੜਾ ਕੋਈ ਮਾਮਲਾ ਤੁਹਾਨੂੰ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਡਾਇਰੈਕਟਲੀ ਇਨਵੋਲਵਮੈਂਟ ਜਿਹਦੀ ਸ਼ੋਅ ਕੀਤੀ ਹੋਵੇ ਜਾਂ ਕੋਈ ਪਨਿਸ਼ਮੈਂਟ ਹੁਣ ਤੱਕ ਹੋਈ ਹੋਵੇ ਪਿਛਲੇ 34 ਸਾਲਾਂ ਤੋਂ, ਚਾਹੇ ਉਹ ਅਣਪਛਾਤੀ ਸੀ? ਦੇਖੋ ਜੀ, ਇੱਕ ਗੱਲ ਤਾਂ ਮੈਂ ਕਹਿਣੀ ਚਾਹਾਂਗਾ ਕਿ ਅਸੀਂ 2011 ਤੋਂ ਇਸ ਮਸਲੇ ਨੂੰ ਚੁੱਕਿਆ ਔਰ ਡੈਡੀਕੇਸ਼ਨ ਦੇ ਨਾਲ ਲਗਾਤਾਰ 7 ਸਾਲਾਂ ਤੋਂ ਲੜ ਰਹੇ ਹਾਂ, ਔਰ ਅਸੀਂ ਪੀੜਤਾਂ ਦੇ ਲਈ ਅਸੀਂ ਪੈਸੇ ਦੀ ਜਿਹੜੀ 32 ਕਰੋੜ ਸੀ ਉਹ ਅਸੀਂ ਦਿਲਵਾਏ ਆ। ਇਸ ਤੋਂ ਇਲਾਵਾ ਜਿਹੜਾ ਸੀਗਾ, 4 ਜਿਹੜੇ ਅਫਸਰ ਨੇ ਬਾਏ ਨੇਮ ਉਹ ਅਸੀਂ ਸਾਹਮਣੇ ਲਿਆਉਂਦੇ ਆ, 4 ਜਿਹੜੇ ਅਫਸਰ ਨੇ ਉਹ ਅਸੀਂ ਬਾਏ ਨੇਮ ਸਾਹਮਣੇ ਲਿਆਉਂਦੇ ਆ। ਔਰ ਜਿਹੜੀ ਹੈਗੀ ਆ ਕਿਸੇ ਨੂੰ ਸਜ਼ਾ ਵਾਲੀ ਗੱਲ, ਅੱਜ ਦੀ ਡੇਟ ਦੇ ਵਿੱਚ ਸਾਨੂੰ ਇਹ ਨਹੀਂ ਲੱਗਦਾ ਕਿ ਕਿਸੇ ਨੂੰ, ਕਿਉਂਕਿ ਸਰਕਾਰਾਂ ਵੀ ਇਹਨਾਂ ਦੀਆਂ ਨੇ, ਜਿਹੜਾ ਉਹ ਟੂਲ ਸੀ ਉਹ ਸਰਕਾਰੀ ਟੂਲ ਸੀ ਜਿਹਨੇ ਕਤਲ ਕੀਤਾ ਸਾਨੂੰ, ਇਸ ਲਈ ਸਾਨੂੰ ਸਜ਼ਾ ਦੀ ਬਹੁਤੀ ਆਸ ਨਹੀਂ। ਪਰ ਅਸੀਂ ਫਿਰ ਵੀ ਲੜਦੇ ਹਾਂ, ਲੜਦੇ ਰਹਾਂਗੇ। ਕਿਉਂ ਲੜਦੇ ਹਾਂ? ਕਿਉਂਕਿ ਜੋ ਵਰਲਡ ਵਾਈਡ ਮਨੁੱਖਤਾ ਪ੍ਰਸਤ ਲੋਕ ਬੈਠੇ ਨੇ ਉਹਨਾਂ ਨੂੰ ਦੱਸਣ ਦੇ ਲਈ ਕਿ ਸਾਨੂੰ ਸਾਡੀਆਂ ਇੰਨੀਆਂ ਲਾਸ਼ਾਂ, ਅੱਜ ਸਰਕਾਰ ਦੇ ਆਪਣੇ ਕਮਿਸ਼ਨ ਨੇ ਮੰਨਿਆ ਕਿ ਉਸ ਹੋਂਦ ਦੇ ਵਿੱਚ 32 ਲੋਕ ਮਾਰੇ, ਗੜਗਾਉਂ ਦੇ ਵਿੱਚ 30 ਲੋਕ ਮਾਰੇ, ਪਟੌਦੀ ਦੇ ਵਿੱਚ 17 ਲੋਕ ਮਾਰੇ। ਮੈਂ ਇੱਕ ਗੱਲ ਦੱਸਣ ਲੱਗਿਆ ਕਿ ਜੈਕਮਪੁਰਾ ਇੱਕ ਗੜਗਾਉਂ ਦੀ ਜਗ੍ਹਾ ਵਾ, ਜੈਕਮਪੁਰਾ ਦੇ ਵਿੱਚ ਇੱਕ ਸਰਵਣ ਕੌਰ ਲੇਡੀ ਹੈ, ਉਹਦੇ 5 ਬੱਚੇ ਛੋਟੇ ਛੋਟੇ, ਉਹਨਾਂ ਦੀ ਘਰੇ ਆਟਾ ਚੱਕੀ ਸੀ, ਕਹਿੰਦੇ ਉਹਨਾਂ ਦੇ ਟੁਕੜੇ ਕਰ ਕਰਕੇ ਉਸ ਆਟਾ ਚੱਕੀ ਦੇ ਵਿੱਚ ਪਾ ਕੇ ਉਹਨਾਂ ਨੂੰ ਪੀ ਦਿੱਤਾ ਗਿਆ। ਇੰਨੀ ਬੁਰੀ ਮੌਤ ਮਾਰਿਆ ਸਾਰੇ ਸਿੱਖਾਂ ਨੂੰ ਤਾਂ ਕਿ ਇਹ ਆਪਣੀ ਜਿਹੜੀ ਹੈਗੀ ਹੈ ਇਹਨਾਂ ਦੇ ਵਿੱਚ ਸਵੈ ਮਾਣ ਖਤਮ ਹੋ ਜਾਵੇ, ਅਤੇ ਅਗਰ ਜੇ ਕੋਈ ਬਚੇ ਵੀ ਤਾਂ ਉਹ ਆਪਣਾ ਜਿਹੜਾ ਮੌਜੂਦਾ ਸਿੱਖੀ ਸਰੂਪ ਆ ਉਹਨੂੰ ਵਟਾ ਕੇ ਦੂਸਰਿਆਂ ਦੇ ਵਿੱਚ ਵਟ ਕੇ ਰਹਿਣਾ ਸ਼ੁਰੂ ਕਰ ਦੇਵੇ। ਸਾਨੂੰ ਇੰਨਾ ਮੈਂਟਲੀ ਤੌਰ 'ਤੇ ਮਾਰਨ ਦੀ ਇਹਨਾਂ ਕੋਸ਼ਿਸ਼ ਕੀਤੀ ਹੈ, ਪਰ ਜਿਹੜੀ ਸਾਡੀ ਲੜਾਈ ਹੈ ਇਹ ਸਾਡੀ ਲੜਾਈ ਅੱਜ ਜੇ ਇਹਨਾਂ ਨਾਲ ਹੈ ਅਤੇ ਨਾਲ ਸਾਡੀ ਅੱਜ ਵਰਲਡ ਵਾਈਡ ਇਹ ਲੜਾਈ ਵੀ ਪਹੁੰਚ ਚੁੱਕੀ ਹੈ। ਔਰ ਇਹਨਾਂ ਦੇ ਜੋ ਕਾਤਲ ਨੇ, ਇਹਨਾਂ ਦੇ ਜੋ ਚਿਹਰੇ ਨੇ, ਉਹ ਅਸੀਂ ਇੰਟਰਨੈਸ਼ਨਲੀ ਨੰਗੇ ਵੀ ਕਰ ਰਹੇ ਹਾਂ। ਅੱਜ ਇਸ ਨੂੰ ਅਗਰ ਵਰਲਡ ਦੇ ਵਿੱਚ, ਅਗਰ ਅਮੈਰੀਕਾ ਦੇ ਵਿੱਚ, ਅਗਰ ਇੰਗਲੈਂਡ ਦੇ ਵਿੱਚ ਅੱਜ ਇਸ ਨੂੰ ਜੈਨੋਸਾਈਡ ਦਾ ਅਗਰ ਨਾਮ ਦਿੱਤਾ ਜਾ ਰਿਹਾ, ਅਤੇ ਇਹ ਸਾਡੀਆਂ ਉਪਲਬਧੀਆਂ ਨੇ ਕਿ ਜੋ ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਹਾਂ। ਜੀ ਜੀ, ਮਨਿੰਦਰ ਜੀ, ਗਲੋਬਲ ਪੰਜਾਬ TV ਨਾਲ ਗੱਲਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਮਨਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੇ ਦੱਸਿਆ ਕਿ ਹੋਂਦ ਚਿੱਲੜ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਸਿੱਖਾਂ ਦੀ ਹੋਂਦ ਨੂੰ ਮਿਟਾਇਆ ਗਿਆ, ਇੱਥੋਂ ਤੱਕ ਕਿ ਸਿੱਖਾਂ ਦੇ ਬੱਚਿਆਂ ਨੂੰ ਚੱਕੀਆਂ ਦੇ ਵਿੱਚ ਪੀਆ ਗਿਆ, ਔਰ ਬਹੁਤ ਸਾਰੇ ਹੋਰ ਤਰੀਕੇ ਦੇ ਨਾਲ ਵੀ ਜਿਹੜੇ ਤਸ਼ੱਦਦ ਕੀਤੇ ਗਏ, ਪਰ ਉਹਨਾਂ ਨੂੰ ਹੁਣ ਵੀ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਰਦੇ ਰਹਿਣਗੇ, ਅਤੇ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਸਿੱਖਾਂ ਦੇ ਅਸਲ ਜਿਹੜੇ ਮੁਲਜ਼ਮ ਨੇ
ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਪਹੁੰਚਾ ਦੇਣਗੇ। ਕਾਸੀ ਫਾਰੂਕੀ, ਗਲੋਬਲ ਪੰਜਾਬ ਟੀਵੀ, ਲੁਧਿਆਣਾ।